ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂਰ। ਜਾਣਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲ ਨਵਜੋਤ ਸਿੰਘ ਸਿੱਧੂ ਦੇ ਸੰਦਰਭ ਦੇ ਵਿੱਚ। ਨਵਜੋਤ ਸਿੰਘ ਸਿੱਧੂ ਜਿਹੜੇ ਆ ਅੱਜ ਜੇਲ੍ਹ ਤੋਂ ਬਾਹਰ ਆਉਣਗੇ, ਕਿਵੇਂ ਬਾਹਰ ਹੋਣਗੇ, ਮਾਮਲਾ ਕੀ ਹੈ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੁੰਵਰ ਵਿਜੇ ਪ੍ਰਤਾਪ ਨੇ ਜਿਹੜਾ ਚਿੱਠੀ ਰਾਹੀਂ ਫਾਨਾ ਫਸਾਇਆ ਸੀਗਾ, ਉਹ ਕਿਸ ਤਰੀਕੇ ਦੇ ਨਾਲ ਅੜਿਆ ਹੋਇਆ ਹੈ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਪੂਰੇ ਸਿਸਟਮ ਦੇ ਵਿੱਚ, ਤੇ ਕੀ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੁੰਵਰ ਵਿਜੇ ਪ੍ਰਤਾਪ ਦਾ ਜਵਾਬ ਦਿੱਤਾ ਜਾਂ ਹਾਲੇ ਵੀ ਜਿਹੜੇ ਆ ਉਹ ਫਸੇ ਹੋਏ ਨੇ। ਤੇ ਅਗਲੀ ਗੱਲਬਾਤ ਕਰਾਂਗੇ ਕਿ ਇੱਕ ਹੋਰ ਵੱਡੇ ਮਾਮਲੇ ਦੇ ਵਿੱਚ ਭਗਵੰਤ ਮਾਨ ਫਸਦੇ ਦਿਖਾਈ ਦੇ ਰਹੇ ਨੇ, ਕਿਹੜਾ ਉਹ ਮਾਮਲਾ, ਇਸ ਤੇ ਵਿਸਥਾਰ ਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖ ਸਾਹਿਬ, ਸ਼ੁਰੂਆਤ ਜਿਹੜੀ ਆਪਾਂ ਨਵਜੋਤ ਸਿੰਘ ਸਿੱਧੂ ਵਾਲੀ ਖਬਰ ਤੋਂ ਹੀ ਕਰਦੇ ਹਾਂ। ਅੱਜ ਤੀਜਾ ਚੌਥਾ ਦਿਨ ਹੈ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਦੇ ਅੰਦਰ, ਤੇ ਉਹਨਾਂ ਦੀ ਸਿਹਤ ਦੇ ਖਰਾਬੀ ਦੇ ਕਾਰਨ, ਕਿਉਂਕਿ ਅੰਦਰ ਉਹਨਾਂ ਨੂੰ ਕਈ ਤਰੀਕੇ ਦੀ ਆਟੇ ਤੋਂ ਵੀ ਐਲਰਜੀ ਹੈ ਜਾਂ ਹੋਰ ਵੀ ਬਾਹਰ ਵੀ ਐਲਰਜੀ ਸੀ, ਤਾਂ ਕਿਹਾ ਜਾ ਰਿਹਾ ਕਿ ਲੀਵਰ ਦੀ ਪ੍ਰੋਬਲਮ ਦੇ ਕਰਕੇ ਰੋਟੀ ਪਾਣੀ ਨਹੀਂ ਸੀ ਖਾ ਹੋ ਪਾ ਰਿਹਾ, ਤਾਂ ਹੋਰ ਵੀ ਕੁਝ ਪ੍ਰੋਬਲਮਸ ਆਈਆਂ ਨੇ ਜਿਹਦੇ ਕਰਕੇ ਅੱਜ ਮੈਡੀਕਲ ਚੈੱਕਅਪ ਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਲਿਆਂਦਾ ਜਾ ਰਿਹਾ ਹੈ। ਕੀ ਕੁਝ ਹੋਰ ਜਾਣਕਾਰੀ ਅੱਜ ਸਾਹਿਬ? ਦੇਖੋ, ਜਿਸ ਦਿਨ ਦੇ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਗਏ ਨੇ, ਉਦੋਂ ਤੋਂ ਹੀ ਉਹ ਸੁਰਖੀਆਂ ਦੇ ਵਿੱਚ ਉਹਨਾਂ ਦਾ ਜਿਹੜਾ ਜ਼ਿਕਰ ਆ ਉਹ ਚੱਲਦਾ ਪਿਆ, ਔਰ ਖਾਸ ਤੌਰ ਤੇ ਉਹਨਾਂ ਦੀ ਸਿਹਤ ਦੇ ਸੰਬੰਧੀ ਤੇ ਸੁਰੱਖਿਆ ਦੇ ਸੰਬੰਧੀ ਲੈ ਕੇ ਚਰਚਾਵਾਂ ਜਿਹੜੀਆਂ ਨੇ ਉਹ ਹਮੇਸ਼ਾ ਗਰਮ ਰਹੀਆਂ ਨੇ। ਹੁਣ ਜੋ ਤਾਜ਼ਾ ਜਾਣਕਾਰੀ ਸਾਨੂੰ ਮਿਲੀ ਹੈ ਕਿ ਜਿਸ ਦਿਨ ਦੇ ਉਹ ਜੇਲ੍ਹ ਚ ਗਏ ਨੇ, ਉਦੋਂ ਤੋਂ ਲੈ ਕੇ ਕੱਲ੍ਹ ਸ਼ਾਮ ਤੱਕ ਉਹਨਾਂ ਨੇ ਰੋਟੀ ਜਿਹੜੀ ਆ ਜੇਲ੍ਹ ਦੀ ਜਿਹੜੀ ਕਣਕ ਦੀ ਰੋਟੀ ਆ ਉਹ ਨਹੀਂ ਖਾਧੀ, ਕੇਵਲ ਫਲਾਂ ਦੇ ਉੱਤੇ ਉਹ ਨਿਰਭਰ ਨੇ। ਤੇ ਜਦੋਂ ਕਿ ਦੂਜੇ ਪਾਸੇ ਉਹਨਾਂ ਨੂੰ ਲੀਵਰ ਦੀ ਸਮੱਸਿਆ ਵੀ ਆ, ਔਰ ਲੀਵਰ ਦੀ ਸਮੱਸਿਆ ਤਾਂ ਉਹਨਾਂ ਦਾ ਖੂਨ ਵੀ ਜਿਹੜਾ ਉਹ ਗਾੜਾ ਹੈਗਾ। ਉਹ ਸਾਰੇ ਪ੍ਰੋਸੈਸ ਦੇ ਵਿੱਚ ਜੇਕਰ ਲੀਵਰ ਦੀ ਪ੍ਰੋਬਲਮ ਹੈਗੀ ਆ ਤਾਂ ਖੂਨ ਪਤਲਾ ਕਰਨ ਵਾਲੀ ਉਹ ਦਵਾਈ ਜਿਹੜੀ ਆ ਉਹ ਖਾ ਨਹੀਂ ਸਕਦੇ, ਤਾਂ ਇਹ ਵੀ ਇੱਕ ਬੜੀ ਗੰਭੀਰ ਜਿਹੜੀ ਉਹਨਾਂ ਨੂੰ ਸਮੱਸਿਆ ਜਿਹੜੀ ਉੱਥੇ ਆ ਰਹੀ ਆ। ਇਸ ਕਾਰਨ ਅਦਾਲਤ ਨੇ ਅੱਜ ਜਿਹੜਾ ਅਰਜਿੰਦਰਾ ਹਸਪਤਾਲ ਆ ਉੱਥੋਂ ਦੇ ਜਿਹੜੇ ਮੈਡੀਕਲ ਸੁਪਰਡੈਂਟ ਸੀ ਉਹਨਾਂ ਨੂੰ ਕਿਹਾ ਸੀ ਕਿ ਡਾਕਟਰਾਂ ਦੇ ਆਧਾਰਿਤ ਇੱਕ ਬੋਰਡ ਜਿਹੜਾ ਬਣਾ ਕੇ ਡਾਇਟ ਪਲਾਨ ਜਿਹੜਾ ਉਹ ਪੇਸ਼ ਕੀਤਾ ਜਾਵੇ। ਅੱਜ ਉਹ ਵੀ ਡਾਇਟ ਪਲਾਨ ਜਿਹੜਾ ਹੈ ਅਦਾਲਤ ਵਿੱਚ ਪੇਸ਼ ਹੋਏਗਾ, ਤਾਂ ਫਿਰ ਉਹ ਡਾਇਟ ਪਲਾਨ ਜੇਲ੍ਹ ਅਧਿਕਾਰੀ ਨੂੰ ਦਿੱਤਾ ਜਾਏਗਾ ਕਿ ਉਹਦੇ ਅਨੁਸਾਰ ਨਵਜੋਤ ਸਿੱਧੂ ਨੂੰ ਜਿਹੜਾ ਖਾਣਾ ਜਿਹੜਾ ਮੁਹੱਈਆ ਕਰਵਾਇਆ ਜਾਵੇ ਜਾਂ ਜਿਹੜੀਆਂ ਚੀਜ਼ਾਂ ਉਸ ਡਾਇਟ ਪਲਾਨ ਦੇ ਵਿੱਚ ਹਨ ਉਹ ਦਿੱਤੀਆਂ ਜਾਣ। ਔਰ ਸਭ ਤੋਂ ਵੱਡੀ ਜਿਹੜੀ ਖਬਰ ਇਹ ਵੀ ਆ ਕਿ ਨਵਜੋਤ ਸਿੱਧੂ ਦੀ ਸਿਹਤ ਨੂੰ ਲੈ ਕੇ ਅੱਜ ਸਵੇਰੇ 9 ਵਜੇ ਉਹਨਾਂ ਨੂੰ ਮੈਡੀਕਲ ਚੈੱਕ ਵਾਸਤੇ ਲਿਆਂਦਾ ਜਾ ਰਿਹਾ, ਤਾਂ ਜੋ ਉਹਨਾਂ ਦੀ ਸਿਹਤ ਦੇ ਸੰਬੰਧੀ ਜਿਹੜੀਆਂ ਪਰੇਸ਼ਾਨੀਆਂ ਜਾਂ ਮੁਸ਼ਕਲਾਂ ਜਿਹਨਾਂ ਦੇ ਸੰਬੰਧੀ ਉਹਨਾਂ ਨੇ ਸ਼ਿਕਾਇਤ ਕੀਤੀ ਆ, ਉਸਦਾ ਬੋਰਡ ਜਿਹੜਾ ਡਾਕਟਰਾਂ ਦਾ ਬੋਰਡ ਉਸਦਾ ਨਿਰੀਖਣ ਕਰਕੇ ਉਸਦਾ ਜਿਹੜਾ ਇਲਾਜ ਜਿਹੜਾ ਕਰਵਾ ਸਕਣ। ਇਹ ਸਭ ਤੋਂ ਮਹੱਤਵਪੂਰਨ ਅੱਜ ਦੀ ਸਭ ਤੋਂ ਵੱਡੀ ਖਬਰ ਇਹ ਹੋਵੇਗੀ ਕਿ ਜਦੋਂ ਮੈਡੀਕਲ ਬੋਰਡ ਦੇ ਸਾਹਮਣੇ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ। ਤੇ ਦੂਸਰੇ ਪਾਸੇ ਇਹ ਵੀ ਪਤਾ ਜਿਹੜਾ ਸਾਡੀ ਜਾਣਕਾਰੀ ਅਨੁਸਾਰ ਲੱਗਾ ਆ ਕਿ ਜੇਲ੍ਹ ਦੇ ਵਿੱਚ ਉਹ ਬਿਲਕੁਲ ਪੂਰਨ ਤੌਰ ਤੇ ਉਹਨਾਂ ਦਾ ਜਿਹੜਾ ਮਨੋਬਲ ਆ ਉਹ ਉਸੇ ਤਰ੍ਹਾਂ ਉੱਚਾ, ਤੇ ਆਪਣੇ ਜਿਹੜੇ ਜੇਲ੍ਹ ਦੇ ਸਾਥੀ ਨੇ ਤੇ ਜਾਂ ਜਿਹੜੇ ਜੇਲ੍ਹ ਦੇ ਅਧਿਕਾਰੀ ਨੇ ਉਹ ਸ਼ਾਇਰਾਨਾ ਅੰਦਾਜ਼ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਦਾ ਸੁਭਾਅ ਦਾ ਇੱਕ ਅੰਗ ਹੈਗਾ ਕਿ ਸ਼ਾਇਰਾਨਾ ਅੰਦਾਜ਼ ਵਿੱਚ ਗੱਲਾਂ ਬਾਤਾਂ ਕਰਦੀਆਂ, ਉਸੇ ਤਰੀਕੇ ਨਾਲ ਉਹ ਗੱਲਾਂ ਬਾਤਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਜਿਹੜੀਆਂ ਉਹ ਗੱਲਾਂ ਬਾਤਾਂ ਕਰ ਰਹੇ ਨੇ। ਔਰ ਸੁਖਵਿੰਦਰ ਜੀ, ਇੱਕ ਹੋਰ ਜਿਹੜੀ ਮਹੱਤਵਪੂਰਨ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਉਹ ਇਹ ਆ ਕਿ ਜਿਹੜੀ ਨਵਜੋਤ ਸਿੱਧੂ ਨੂੰ ਸਜ਼ਾ ਜਿਹੜੀ ਬਾ ਮੁਸ਼ਕਤ ਅਸੀਂ ਕਹਿੰਦੇ ਹਾਂ ਜਿਹੜੀ ਸਜ਼ਾ ਜਿਹੜੀ ਹੋਈ ਸੀ ਬਾ ਮੁਸ਼ਕਤ ਤੋਂ ਭਾਵ ਉਹਨਾਂ ਨੂੰ ਕੰਮ ਜਿਹੜਾ ਅਦਾਲਤ ਵਿੱਚ ਮਾਫ਼ ਕਰਨਾ ਜੇਲ੍ਹ ਦੇ ਵਿੱਚ ਕਰਨਾ ਪਏਗਾ। ਤੇ ਜਿਹੜਾ ਜੇਲ੍ਹ ਦੇ ਵਿੱਚ ਕੰਮ ਜਿਹੜਾ ਹੁੰਦਾ ਵਿਅਕਤੀ ਦੀ ਯੋਗਤਾ ਦੇ ਆਧਾਰ ਤੇ ਉਸਨੂੰ ਕੰਮ ਜਿਹੜਾ ਉਹ ਦਿੱਤਾ ਜਾਂਦਾ ਉਸ ਤਰੀਕੇ ਦਾ ਜਿਸ ਤਰੀਕੇ ਦਾ ਵਿਅਕਤੀ ਹੋਵੇਗਾ। ਤਾਂ ਇਹ ਸਭ ਤੋਂ ਮਹੱਤਵਪੂਰਨ ਖਬਰ ਆ ਕਿ ਨਵਜੋਤ ਸਿੱਧੂ ਹੁਣੀ ਜਿਸ ਤਰੀਕੇ ਨਾਲ ਪੜ੍ਹੇ ਲਿਖੇ ਨੇ ਔਰ ਇੱਕ ਸੈਲੀਬ੍ਰਿਟੀ ਵੀ ਆ ਜਾਂ ਸਭ ਕੁਝ ਵੀ ਉਹਨਾਂ ਦੀ ਜਿਹੜੀ ਸ਼ਖਸੀਅਤ ਦੇ ਜਿਹੜੇ ਵੱਖ ਵੱਖ ਪਸਾਰ ਨੇ ਉਹਨਾਂ ਦੇ ਆਧਾਰ ਵੀ ਉਹਨਾਂ ਨੂੰ ਜਿਸ ਤਰੀਕੇ ਨਾਲ ਖੇਡੇ ਲੰਬਾ ਸਮਾਂ ਦੇਸ਼ ਦੇ ਲਈ ਕ੍ਰਿਕਟ, ਉਹ ਵੀ ਇੱਕ ਵੱਡੀ ਗੱਲ ਹੈ ਜੀ। ਤਾਂ ਜੇਲ੍ਹ ਦੇ ਵਿੱਚ ਜਿਹੜਾ ਦਫ਼ਤਰ ਹੈ ਜੇਲ੍ਹ ਅਧਿਕਾਰੀਆਂ ਦਾ ਉੱਥੇ ਉਹਨਾਂ ਨੂੰ ਮੁਨਸ਼ੀਗਿਰੀ ਦੀ ਜਿਹੜੀ ਨੌਕਰੀ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ, ਮੀਨਸ ਕਲੈਰੀਕਲ ਜੌਬ ਜਿਹੜੀ ਹੋਏਗੀ ਮੁਨਸ਼ੀਗਿਰੀ ਦਾ ਕੰਮ ਜਿਹੜਾ ਹੋਵੇਗਾ। ਕਿਉਂਕਿ ਆਮ ਤੌਰ ਤੇ ਜਦੋਂ ਕੋਈ ਸਜ਼ਾ ਯਾਫ਼ਤਾ ਮੁਜ਼ਰਮ ਜੇਲ੍ਹ ਦੇ ਵਿੱਚ ਜਾਂਦਾ ਤਾਂ ਉਸਨੂੰ ਕੰਮ ਤੇ ਲਾਇਆ ਜਾਂਦਾ, ਤਾਂ ਪਹਿਲੇ 3 ਮਹੀਨੇ ਉਸਨੂੰ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਆ, ਤਾਂ ਉਸ ਕੰਮ ਦੀ ਸਿਖਲਾਈ ਦੌਰਾਨ ਉਸਨੂੰ ਕੋਈ ਵੀ ਪੈਸਾ ਜਿਹੜਾ
ਉਹ ਨਹੀਂ ਮਿਲਣਾ ਹੁੰਦਾ ਤਾਂ ਫਿਰ ਉਸ ਤੋਂ ਮਗਰੋਂ ਜਿਹੜੀ ਦਿਹਾੜੀ 3 ਮਹੀਨਿਆਂ ਤੋਂ ਮਗਰੋਂ ਉਸਦੀ ਦਿਹਾੜੀ ਜਿਹੜੀ ਆ ਉਹ ਪੈਣੀ ਸ਼ੁਰੂ ਹੁੰਦੀ ਆ। ਪਰ ਇਹੋ ਜਿਹਾ ਜਿਹੜਾ ਕੰਮ ਆ ਇਹ ਨਵਜੋਤ ਸਿੱਧੂ ਦੇ ਇਹ ਪ੍ਰਸੰਗ ਦੇ ਵਿੱਚ ਨਹੀਂ ਹੈ, ਕਿਉਂਕਿ ਉਹ ਪੜ੍ਹੇ ਲਿਖੇ ਵਿਅਕਤੀ ਨਹੀਂ ਤੇ ਪੜ੍ਹੇ ਲਿਖੇ ਵਿਅਕਤੀ ਹੋਣ ਦੇ ਨਾਤੇ ਹੀ ਉਹਨਾਂ ਨੂੰ ਜਿਹੜੀ ਮੁਨਸ਼ੀਗਿਰੀ ਦਾ ਕੰਮ ਜਿਹੜਾ ਆ ਜੇਲ੍ਹ ਦਾ ਉਹ ਦਿੱਤਾ ਜਾ ਰਿਹਾ, ਜੋ ਸੂਚਨਾਵਾਂ ਸਾਡੇ ਤੱਕ ਜਿਹੜੀਆਂ ਪਹੁੰਚੀਆਂ ਨੇ। ਤੇ ਇੱਕ ਗੱਲ ਅਸੀਂ ਹੋਰ ਆਪਣੇ ਦਰਸ਼ਕਾਂ ਨਾਲ ਗੱਲ ਕਰ ਲਈਏ ਕਿ ਜਿਸ ਤਰੀਕੇ ਦੇ ਨਾਲ ਇਹ ਬੀਤੇ ਦਿਨਾਂ ਤੋਂ ਇੱਕ ਵਾਦ ਵਿਵਾਦ ਉੱਠਿਆ ਕਿ ਜਿਹੜਾ ਨਸ਼ੇ ਦਾ ਸੰਬੰਧਿਤ ਜਿਹੜਾ ਇੱਕ ਬਰਤਰਫ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਹੈ, ਜਿਹੜੇ ਬੰਦੇ ਬਾਰੇ ਕਿਹਾ ਜਾ ਰਿਹਾ ਸੀ ਕਿ ਉਸਨੂੰ ਨਵਜੋਤ ਸਿੱਧੂ ਦੇ ਨਾਲ ਰੱਖਿਆ ਗਿਆ, ਜੇਲ੍ਹ ਅਧਿਕਾਰੀਆਂ ਨੇ ਇਸ ਗੱਲ ਦਾ ਜਿਹੜਾ ਪੁਰਜ਼ੋਰ ਖੰਡਨ ਕੀਤਾ। ਰਾਤ ਦੇ ਪ੍ਰੋਗਰਾਮ 'ਚ ਵੀ ਅਸੀਂ ਗੱਲ ਕੀਤੀ ਸੀ, ਇੱਕ ਵਾਰੀ ਦੁਬਾਰਾ ਅਸੀਂ ਗੱਲ ਕਰ ਦਈਏ, ਸਰਕਾਰ ਵੱਲੋਂ ਜੇਲ੍ਹ ਅਧਿਕਾਰੀਆਂ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ ਔਰ ਜੇਲ੍ਹ ਅਧਿਕਾਰੀਆਂ ਨੇ ਇਹ ਗੱਲ ਕਹੀ ਆ ਕਿ ਜਿਸ ਵਕਤ ਨਵਜੋਤ ਸਿੱਧੂ ਨੂੰ ਸਜ਼ਾ ਹੋਈ ਸੀ ਤਾਂ ਉਸ ਵਕਤ ਇਹ ਜਦੋਂ ਤੈਅ ਹੋ ਗਿਆ ਕਿ ਨਵਜੋਤ ਸਿੱਧੂ ਨੂੰ ਹੁਣ ਕੈਦ ਨੂੰ ਜਾਣਾ ਹੀ ਪਏਗਾ, ਜੇਲ੍ਹ ਵਿੱਚ ਜਾਣਾ ਹੀ ਪਏਗਾ, ਤਾਂ ਉਸ ਤੋਂ ਪਹਿਲਾਂ ਹੀ ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦਾ ਪੂਰਨ ਤੌਰ ਤੇ ਜਾਇਜ਼ਾ ਜਿਹੜਾ ਲੈ ਲਿਆ ਗਿਆ ਸੀ, ਕਿਉਂਕਿ ਨਵਜੋਤ ਸਿੱਧੂ ਬਾਹਰ ਵੀ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਰਹਿੰਦੇ ਰਹੇ ਨੇ। ਤਾਂ ਇਸ ਕਾਰਨ ਜੇਲ੍ਹ ਜਾਣ ਤੋਂ ਪਹਿਲਾਂ ਹੀ ਜੋ ਜੇਲ੍ਹ ਅਧਿਕਾਰੀਆਂ ਦਾ ਪੱਖ ਉਹਨਾਂ ਨੇ ਕਿਹਾ ਸੀ ਕਿ ਜੇਲ੍ਹ ਜਾਣ ਤੋਂ ਪਹਿਲਾਂ ਹੀ ਸਾਰੇ ਸੁਰੱਖਿਆ ਦੇ ਪ੍ਰਬੰਧ ਜੇਲ੍ਹ ਦੇ ਅੰਦਰ ਜਿਹੜੇ ਨਵਜੋਤ ਸਿੱਧੂ ਦੇ ਪ੍ਰਸੰਗ ਦੇ ਵਿੱਚ ਮੁਕੰਮਲ ਜਿਹੜੇ ਕਰ ਲਏ ਜਾ ਸਕਣ। ਤੇ ਇਸ ਤੋਂ ਇਲਾਵਾ ਜਿਹੜੇ ਹੋਰ ਉਹਨਾਂ ਦੇ ਉਸ ਬੈਰਕ ਤੇ ਜਿਹੜੇ 5 ਜਾਂ 4 ਜਿਹੜੇ ਸੰਗੀ ਸਾਥੀ ਨੇ ਉਹਨਾਂ ਬਾਰੇ ਵੀ ਇਹ ਪਤਾ ਲੱਗਾ ਕਿ ਉਹ ਉਹਨਾਂ ਦੇ ਕੁਝ ਨਜ਼ਦੀਕੀ ਜਿਹੜੇ ਦੋਸਤ ਨੇ ਜਾਂ ਉਹਨਾਂ ਨਾਲ ਉਹਨਾਂ ਦੇ ਨਜ਼ਦੀਕੀ ਸੰਬੰਧ ਨੇ। ਸੋ ਉੱਥੋਂ ਦਾ ਜਿਹੜਾ ਅੰਦਰ ਦਾ ਮਾਹੌਲ ਆ ਨਵਜੋਤ ਸਿੱਧੂ ਵਾਸਤੇ ਕੋਈ ਬਕੌਰ ਜੇਲ੍ਹ ਅਧਿਕਾਰੀ ਕੋਈ ਇਹੋ ਜਿਹਾ ਖਤਰਿਆਂ ਵਾਲਾ ਨਹੀਂ ਹੈ, ਪਰ ਪੂਰਨ ਤੌਰ ਤੇ ਨਵਜੋਤ ਸਿੱਧੂ ਦੀ ਜਾਨ ਮਾਲ ਸਿਹਤ ਦਾ ਪੂਰਨ ਤੌਰ ਤੇ ਧਿਆਨ ਰੱਖਿਆ ਜਾ ਰਿਹਾ। ਤੇ ਸ਼ਾਇਦ ਇਸੇ ਹੀ ਪ੍ਰਸੰਗ ਦੇ ਵਿੱਚ ਅੱਜ 9 ਵਜੇ ਮੈਡੀਕਲ ਬੋਰਡ ਦੇ ਸਾਹਮਣੇ ਜਿਹੜਾ ਨਵਜੋਤ ਸਿੱਧੂ ਨੂੰ ਪੇਸ਼ ਕੀਤਾ ਜਾ ਰਿਹਾ। ਬਿਲਕੁਲ ਬਿਲਕੁਲ, ਫਿਰ ਅੱਗੇ ਜਿਹੜੀ ਰਣਨੀਤੀ ਆ ਉਹ ਜਿਹੜੀ ਕੀਤੀ ਜਾ ਜੀ। ਬਿਲਕੁਲ ਬਿਲਕੁਲ, ਅਗਲੀ ਖਬਰ ਦੀ ਆਪਾਂ ਜਿਹੜੀ ਗੱਲਬਾਤ ਅਣਖੀ ਸਾਹਿਬ ਕਰ ਲੈਂਦੇ ਹਾਂ। ਅਗਲੀ ਖਬਰ ਵੀ ਬੜੀ ਅਹਿਮ ਖਬਰ ਆ, ਇਸੇ ਖਬਰ ਦੇ ਵਾਂਗ ਹੀ ਜਿਹੜਾ ਕੁਝ ਦਿਨ ਪਹਿਲਾਂ ਨਾ ਜਿਹੜਾ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਚਿੱਠੀ ਲਿਖੀ ਗਈ ਸੀਗੀ ਕਿ ਸਾਡੀ ਸਰਕਾਰ ਦੇ ਵੱਲੋਂ ਬੇਅਦਬੀ ਤੇ ਗੋਲੀਕਾਂਡ ਦੇ ਮਾਮਲਿਆਂ ਨੂੰ ਸਹੀ ਢੰਗ ਦੇ ਨਾਲ ਜਿਹੜਾ ਉਹ ਜਿਹੜਾ ਅੱਗੇ ਨਹੀਂ ਵਧਾਇਆ ਜਾ ਰਿਹਾ, ਤਾਂ ਉਸ ਚਿੱਠੀ ਦੇ ਸੰਬੰਧ ਦੇ ਵਿੱਚ ਹਾਲੇ ਤੱਕ ਜਿਹਨਾਂ ਜਿਹਨਾਂ ਨੂੰ ਵੀ ਚਿੱਠੀਆਂ ਭੇਜੀਆਂ ਗਈਆਂ ਸੀ ਕਿਸੇ ਦਾ ਜਵਾਬ ਅਣਖੀ ਸਾਹਿਬ ਨਹੀਂ ਆਇਆ। ਕੀ ਲੱਗਦਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਹੋ ਕੀ ਰਿਹਾ? ਕੀ ਕੁੰਵਰ ਵਿਜੇ ਪ੍ਰਤਾਪ ਦੀ ਚਿੱਠੀ ਤੇ ਅਮਲ ਕੀਤਾ ਜਾ ਰਿਹਾ ਜਾਂ ਫਿਰ ਕੁੰਵਰ ਵਿਜੇ ਪ੍ਰਤਾਪ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਪਹਿਲਾਂ ਪੋਸਟ ਡਿਲੀਟ ਕਰਵਾ ਦਿੱਤੀ ਗਈ ਸੀ? ਕਿਵੇਂ ਦੇਖਦੇ ਹੋ ਪੂਰੀ ਚੀਜ਼? ਦੇਖੋ, ਜਿਸ ਦਿਨ ਦੀ ਨਵਜੋਤ ਮਾਫ ਕਰਨਾ ਕੁੰਵਰ ਵਿਜੇ ਪ੍ਰਤਾਪ ਨੇ ਚਿੱਠੀ ਲਿਖੀ ਹੈ ਕੁਲਤਾਰ ਸਿੰਘ ਸੰਧਵਾਂ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ, ਉਸ ਦਿਨ ਤੋਂ ਲੈ ਕੇ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਉਸ ਚਿੱਠੀ ਦਾ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਦਿੱਤਾ ਗਿਆ ਜਾਂ ਆਪਣਾ ਪੱਖ ਜਿਹੜਾ ਉਹ ਸਪਸ਼ਟ ਨਹੀਂ ਕੀਤਾ ਗਿਆ। ਜਦੋਂ ਕਿ ਦੂਜੇ ਪਾਸੇ ਸਾਨੂੰ ਆਪਣੇ ਸੂਤਰਾਂ ਤੋਂ ਇਹ ਜਾਣਕਾਰੀ ਦਾ ਪਤਾ ਲੱਗਾ ਕਿ ਜਿਹੜੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਕੋਟਕਪੁਰਾ ਜਾਂ ਮਹਿਬੂਬ ਕਲਾਂ ਕੋਟਕਪੁਰ ਗੋਲੀਕਾਂਡ ਦੇ ਸੰਬੰਧੀ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਜਿਹੜੀ ਆ ਉਹ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਆ ਪੇਸ਼ ਜਿਹੜੀ ਉਹ ਕਰ ਦਿੱਤੀ ਹੈ, ਆਪਣੇ ਹਾਈਕੋਰਟ ਦੇ ਵਿੱਚ ਸਬਮਿਟ ਕੀਤੀ ਜਾ ਚੁੱਕੀ ਹੈ। ਪਰ ਅਜੇ ਤੱਕ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੇ ਮੁੱਦੇ ਉਠਾਏ ਸਨ ਉਹਨਾਂ ਦੇ ਸੰਬੰਧੀ ਜਿਹੜੀ ਆ ਉਹਨਾਂ ਨੇ ਕੋਈ ਵੀ ਜਿਹੜਾ ਪੱਖ ਆ ਉਹ ਪੇਸ਼ ਜਿਹੜਾ ਨਹੀਂ ਕੀਤਾ। ਹੁਣ ਇਹਦੇ ਵਿੱਚ ਜਿਹੜਾ ਪੇਜ ਹੈ, ਪੇਜ ਇੱਥੇ ਫਸਿਆ ਕਿ ਜਦੋਂ 7 ਅਪ੍ਰੈਲ 2021 ਨੂੰ ਜਦੋਂ ਆਪਣੇ ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਰੱਦ ਹੁੰਦੀ ਹੈ ਤਾਂ ਉਸ ਤੋਂ ਮਗਰੋਂ ਜਿੰਨੀਆਂ ਵੀ ਸਿੱਟਾਂ ਬਣੀਆਂ ਨੇ ਕੁੰਵਰ ਵਿਜੇ ਪ੍ਰਤਾਪ ਨੇ ਉਹਨਾਂ ਸਿੱਟਾਂ ਦੇ ਉੱਤੇ ਜਿਹੜੇ ਪ੍ਰਸ਼ਨ ਜਿਹੜਾ ਚਿੰਨ੍ਹ ਜਿਹੜੇ ਲਾਏ ਸਨ। ਤੇ ਜਿਹੜੀ ਹੁਣ ਨੌਨੇ ਹਾਲ ਵਾਲੀ ਚ ਜਿਹੜੀ ਸਿੱਟ ਹੈਗੀ ਆ ਉਹ ਇਹ ਗੱਲ ਕਹਿ ਰਹੀ ਹੈ ਕਿ ਸਾਨੂੰ ਐਲ ਕੇ ਯਾਦਵ ਵਾਲੀ ਸਿੱਟ ਦਾ ਕੋਈ ਜਵਾਬ ਸਾਨੂੰ ਨਹੀਂ ਦਿੱਤਾ ਜਾ ਰਿਹਾ ਜਾਂ ਉਹਦਾ ਤਾਲਮੇਲ, ਆਪਸੀ ਤਾਲਮੇਲ ਦੱਸ ਕੇ ਇੱਕ ਦੂਜੇ ਦੇ ਉੱਤੇ ਤੋੜਾ ਜਿਹੜਾ ਚਾੜਿਆ ਜਾ ਰਿਹਾ, ਜਦੋਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਸਨ ਉਹਨਾਂ ਨੇ ਨੌਨਿਆਲ ਵਾਲੀ ਸਿੱਟ ਤੇ ਐਲ ਕੇ ਯਾਦਵ ਵਾਲੀ ਸਿੱਟ ਜਿਹੜੀ ਹੈ ਦੋ ਦੋ ਵੱਖਰੀਆਂ ਵੱਖਰੇ ਮੁੱਦਿਆਂ ਦੀ ਜਿਹੜੀ ਜਾਂਚ ਕਰ ਰਹੀਆਂ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੋਵਾਂ ਦੀ ਜਿਹੜੀ ਜਾਂਚ ਕੀਤੀ ਸੀ ਤਾਂ ਇਸ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਸਾਰੇ ਕੇਸ ਦਾ ਬੈਦਲ ਕਲਾ ਗੋਲੀਕਾਂਡ ਦਾ ਔਰ ਕੋਟਕਪੁਰਾ ਗੋਲੀਕਾਂਡ ਦਾ ਪੂਰਨ ਤੌਰ ਤੇ ਉਹਨਾਂ ਸਾਰਿਆਂ ਤੱਥਾਂ ਦਾ ਉਸਨੂੰ ਪਤਾ ਹੈਗਾ। ਪਰ ਪੰਜਾਬ ਸਰਕਾਰ, ਚਾਹੇ ਉਹ ਚੰਨੀ ਸਰਕਾਰ ਸੀ ਜਾਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ, ਇਹਨੇ ਦੋ ਸਿੱਟਾਂ ਬਣਾ ਕੇ ਦੋਵਾਂ ਮੁੱਦਿਆਂ ਨੂੰ ਅਲੱਗ ਅਲੱਗ ਕਰ ਦਿੱਤਾ, ਜਿਸ ਤੋਂ ਕੁੰਵਰ ਵਿਜੇ ਪ੍ਰਤਾਪ ਨੂੰ ਇਹ ਕਹਿ ਰਹੇ ਨੇ ਕਿ ਜਾਣ ਬੁੱਝ ਕੇ ਜਿਹੜੇ ਜਾਂਚ ਅਧਿਕਾਰੀ ਨੇ ਉਹ ਇਸ ਰਿਪੋਰਟਾਂ ਨੂੰ ਜਿਹੜੀ ਸਿੱਟ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਆ ਇਹਨਾਂ ਦੇ ਵਿੱਚ ਢਿੱਲ ਵਰਤ ਰਹੇ ਨੇ, ਜਿਹਦੇ ਨਾਲ ਜਿਹੜਾ ਵਿਰੋਧੀ ਧਿਰ ਆ ਜਿਹੜੀ ਇਸ ਸਿੱਟ ਦੇ ਵਿੱਚ ਅਸੀਂ ਕਹਿ ਸਕਦੇ ਕਿ ਜਿਹੜੇ ਟਾਰਗੇਟ ਤੇ ਜਾਂ ਰਡਾਰ ਤੇ ਨੇ ਉਹਨਾਂ ਨੂੰ ਮੌਕਾ ਮਿਲ ਰਿਹਾ ਕਿ ਇਸ ਕੇਸ ਨੂੰ ਖਾਰਜ ਕਰਾਉਣ ਦਾ ਜਾਂ ਕੇਸ ਨੂੰ ਕਮਜ਼ੋਰ ਕਰਨ ਦਾ। ਹੁਣ ਇਹ ਜਿਹੜੇ ਤੱਥਾਂ ਦੇ ਸਹਿਤ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੀ ਰਿਪੋਰਟ ਉੱਥੇ ਪੇਸ਼ ਕੀਤੀ ਜਾਂ ਇਹਦੇ ਸੰਬੰਧੀ ਮੰਗ ਕੀਤੀ
भगवंत सिंह हुणां कोलों करतार सिंह सदमा कोलों पर अजे तक सरकार का ये पक्षी जरा हाँ पक्षी रवैया जरा पब्लिकली जनतक तौर पर वह सामने जरा नहीं आया चाहिए था यह कि जिस तरीके कवर विजय प्रताप ने इस मुद्दे को उठाया तो उस मुद्दे के नाल सरकार किसी ना किसी तरीके लोगों के सामने जी लोगों के मन के अंदर जो शंके पैदा हो रहे हैं उन्होंने शंकों को निवृत्त करने वास्ते सरकार को चाहिए सी कि इस संबंधी अपना पक्ष स्पष्ट कर दी। हुण तुसीं लोगों की तो गल छड्डो उन्होंने अपने ही पार्टी का एक सम्मानित विधायक जिहड़ा इस मुद्दे नाल धुर तक अंदरों जुड़िया जेकर उसे ही चिट्ठी का जवाब जिहड़ा उसनूं नहीं मिल रहा तो फिर इसका साफ अर्थ यह है कि जां तां सरकार की नीयत जिहड़ी वह खोटी है इस मुद्दे ते कोई कार्रवाई नहीं करना चाहती यह भी पिछलियां सरकारां वांगू ही इस मसले को जिंदा रख के इहदे उत्ते राजनीति करना चाहती है जां दूजा पक्ष यह है कि भगवंत मान की सरकार किसी धुप्पे मौके की तलाश के हैगी है कि जदों मौका वेख्या तां उस वक्त फड़ लैणा यह सरकार की अपनी रणनीति हो सकती है पर सब तो पहला जरूरी है कि की इस मामला कवर विजय प्रताप सिंह खुदे नाल लाया जा रहा की उसनों नहत्था किया जा रहा जां उसकी वह जी सेह बनी सी जिस करके लोग उस उत्ते विश्वास करते सन और लोग समझते सन कि पंजाब का शायद गृह मंत्री यह बनेगा कि उस इमेज को तोड़न वास्ते ही उसनों नजरअंदाज किया जा रहा सो यह पर्दे की पिछली राजनीति कहो जी हो रही है यह तो केवल कॉम्प्रोमाइज किस तरीके कर लेंगे क्योंकि विधायकी तो उन्होंने उस अहदे के मुताबिक जो लोगों के देखिए विधायकी का उन्ना रसूख नहीं जिन्ना उन्होंने उस अहदे का आई जी के अहदे का सीगा जिहड़ा उन्होंने छटिया उन्होंने ओ अगे भी वध जाना सी विधायकी के दबाया ही जे जाता है तो की लगता है कि वह दब सकणगे कि बर्दाश्त कर सकणगे बहुत ही देर बिल्कुल सुखविंदर जी जिस तरीके की तुम उन्हें शख्सियत के जो पसार ने उन्होंने बयान किया तो साफ जाहिर हों कि हम शायद उसके समय का जो प्याला आ वह भर चुका है तो वह भी उस तरीके का कोई धमाका कर सकते हैं जिस तरीके कैप्टन अमरिंदर सिंह की सरकार के समय उन्होंने रिजाइन दे के गल कही सी कि हाँ भी मैं रिजाइन दे रहा यह हूँ उन्होंने दो गतिविधियां हो चुकिया ने एक तो वह गतिविधि जो उन्होंने एक पोस्ट जी फेसबुक से पाई तो बाद च उसनों डिलीट करता नंबर वन उस तो मगरों भी सरकार ने कोई कार्रवाई नहीं की उस तो मगरों दूजी उन्होंने यतन जरा किया उन्होंने बकायदा तौर पर चिट्ठी पा के किया सरकार भी अजे तक कोई जवाब नहीं दे सकी उन्होंने सैटिस्फाई नहीं कर सकी तो हूँ तीजा पक्ष यो ही बचता मैं जिस तरीके का उन्होंने सुभा तो मैं थोड़ा बहुत जाणू हाँ जा जिस तरीके की उन्होंने काम करने की जी शैली है वो अनुसार कह दिन वो फिर सीधा ही धमाका ही कर देंगे कि हाँ भाई जेकर सरकार इस मुद्दे पर नहीं कुछ कर रही तो मैं अपना अस्तीफा देना शायद ये जिहड़ियां खबरां ने ये भी खबरां सानूं जल्दी सुनने मिल सकदी ने जेकर सरकार ने उन्होंने मनमर्जी अनुसार तो आप नहीं कह सकते जेकर सरकार ने उन्हां मुद्दों नूं हल करन दा यतन ना किया जिहड़े मुद्दे उन्हां दी पार्टी दे विधायक ही ठा रहे ने क्योंकि जिहो जी राजनीति मात्र तां राजनीति नहीं मैं कहांगा कवर विजय प्रताप दी जिहो जी कार्यशैली बीते दौर सुस्ती रही है कदे भी किसी मुद्दे ते उन्हें समझौता नहीं किया जो इंसाफ की गल करता तो फिर वह इंसाफ की गल करता तो यह हुण ज्यादा देर नहीं है कि जेकर भगवंत मान की सरकार दे वतों शायद पहली इट जिहड़ी खिसकेगी शायद वह कवर विजय प्रताप की होगी कि वक्त भी उसका जिहड़ा अस्तीफे का वह ऐलान कर सकता क्योंकि जिहो जी बीते दौर उसके काम करने की जी शैली जी है भगवंत मान भी बुरे तरीके भाजपा फसा रही है कि ठीक है भाई असी तो हम जो अपनी कीमत घट कर दतिया ने हम तुम भी घट करो लगता नहीं कि जिम्मे पहला चन्नी सरकार ने कीमत पेट्रोल डीजल दट की अंकी साहब हम पंजाब सरकार केंद्र तो घटाने तो बाद जी इन्हों भी घट कर देनी चाहिए होर देखो जी बिल्कुल असाइज ड्यूटी जी पंजाब सरकार जी लाई है वह सरकार चाहिए पंजाब सरकार कि असाइज ड्यूटी घटा के पंजाब के लोगों को कुछ राहत प्रदान करे बाकी सुखविंदर जी ये जी कीमत केंद्र सरकार वालों घटाई गई ने 9 रुपए के 9 रुपए 56 पैसे पेट्रोल की कीमत 7 रुपये डीजल की और 200 रुपया गैस सिलेंडर के जी राहत दी गई है बहुत वही राहत असं कह सकते हैं पर इन्होंने राहत के नाल यह सू जरूर याद आ जाता कि वाकई पंजाब माफ करता हिमाचल प्रदेश के गुजरात के चोणा होने वाली ने
ਇਹਨਾਂ ਤੋਂ ਇਹਨਾਂ ਹਾਲਾਤਾਂ ਤੋਂ ਇਸ ਗੱਲ ਦਾ ਜਿਹੜਾ ਪਤਾ ਲੱਗਦਾ। ਖੈਰ ਤੁਹਾਡਾ ਜਿਹੜਾ ਪ੍ਰਸ਼ਨ ਉਹ ਇਹ ਸੀ ਕਿ ਪੰਜਾਬ ਸਰਕਾਰ ਨੂੰ ਚਾਹੀਦਾ, ਬਿਲਕੁਲ ਪੰਜਾਬ ਸਰਕਾਰ ਨੂੰ ਇਹ ਚਾਹੀਦਾ। ਉਹ ਪੰਜਾਬ ਸਰਕਾਰ ਜਿਹੜੀ ਲੋਕਾਂ ਨੂੰ ਦੇ ਬਹੁਤ ਕੁਝ ਦੇਣ ਦੇ ਵਾਅਦੇ ਦੇ ਦਾਅਵੇ ਕਰਦੀ ਆ, ਜੇਕਰ ਐਕਸਾਈਜ਼ ਡਿਊਟੀ ਕੱਟ ਕੇ ਪੈਟਰੋਲ ਜਿਹੜਾ 105 ਰੁਪਏ ਵਿਕਣ ਵਾਲਾ ਹੁਣ 96 ਰੁਪਏ ਤੇ ਆ ਗਿਆ, ਤਾਂ ਜੇਕਰ ਸਰਕਾਰ ਪੰਜਾਬ ਸਰਕਾਰ ਆਪਣੀ ਐਕਸਾਈਜ਼ ਡਿਊਟੀ ਘਟਾਉਂਦੀ ਹੈ ਤੇ ਕੁਦਰਤੀ ਤੌਰ ਤੇ ਲੋਕਾਂ ਨੂੰ ਜਿਹੜੀ ਰਾਹਤ ਆ ਉਹ ਜ਼ਰੂਰ ਮਿਲੇਗੀ, ਕਿਉਂਕਿ ਬੀਤੇ ਦੌਰ 'ਚ ਲੋਕਾਂ ਨੇ ਮਹਿੰਗਾਈ ਨੇ ਕੰਜ਼ੂਮਰ ਜਿਹੜਾ ਲੋਕਾਂ ਦਾ ਜਿਸ ਤਰੀਕੇ ਨਾਲ ਕੱਢਿਆ ਉਹ ਸਾਰਿਆਂ ਲੋਕਾਂ ਨੂੰ ਪਤਾ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਗੈਸ ਔਰ ਪੈਟਰੋਲ ਔਰ ਡੀਜ਼ਲ ਔਰ ਰੋਜ਼ਾਨਾ ਨਿੱਤ ਦੀ ਲੋੜਾਂ ਦੀਆਂ ਚੀਜ਼ਾਂ ਨੇ, ਤਾਂ ਜੇਕਰ ਕੇਂਦਰ ਸਰਕਾਰ, ਚਲੋ ਚੋਣਾਂ ਦੇ ਮੱਦੇਨਜ਼ਰ ਹੀ ਉਹਨਾਂ ਨੇ ਇਹ ਕੀਮਤਾਂ ਘੱਟ ਕੀਤੀਆਂ ਹੋਣ, ਚੰਗੀ ਗੱਲ ਆ। ਚਲੋ 2 ਮਹੀਨੇ ਜਾਂ 4 ਮਹੀਨੇ ਜਿੰਨਾ ਕੁ ਦਿਨ ਲੋਕਾਂ ਨੇ ਰਾਹਤ ਸਾਹ ਲੈਣੀ ਹੈ, ਸਾਹ ਰਾਹਤ ਦਾ ਜਿਹੜਾ ਲਿਆ ਜਾ ਸਕਦਾ ਸਾਹ ਸੌਖਾ ਸਾਹ ਲਿਆ ਜਾ ਸਕਦਾ, ਠੀਕ ਆ, ਪਰ ਉਹਦੇ ਨਾਲ ਚਾਹੀਦਾ ਕਿ ਪੰਜਾਬ ਸਰਕਾਰ ਵੀ ਥੋੜਾ ਜਿਹਾ ਲੋਕਾਂ ਨੂੰ ਹੋਰ ਰਾਹਤ ਪ੍ਰਦਾਨ ਕਰੇ, ਕਿਉਂਕਿ ਇਸ ਵੇਲੇ ਚਾਹੇ ਉਹ ਘਰੇਲੂ ਖਾਣ ਪੀਣ ਦੀਆਂ ਵਸਤਾਂ ਹੋਣ ਜਾਂ ਪੈਟਰੋਲ ਡੀਜ਼ਲ, ਇਹੋ ਜਿਹੀਆਂ ਜਿਹੜੀਆਂ ਕੀਮਤਾਂ ਨੇ ਅਸਮਾਨਾਂ ਨੂੰ ਛੂਹ ਰਹੀਆਂ ਨੇ, ਜਿਹਦੇ ਵਿੱਚ ਮੱਧ ਵਰਗੀ ਪਰਿਵਾਰ ਦਾ ਗੁਜ਼ਾਰਾ ਜਿਹੜਾ ਕਰਨਾ ਸੁਖਵਿੰਦਰ ਜੀ ਬਹੁਤ ਔਖਾ ਜੀ। ਸਰਕਾਰਾਂ ਨੂੰ ਚਾਹੀਦਾ ਕਿ ਇਹ ਵਾਅਦੇ ਦਾਅਵੇ ਬਾਅਦ 'ਚ ਹੁੰਦੇ ਰਹਿਣ, ਫਿਰ ਅਮਲੀ ਰੂਪ ਦੇ ਵਿੱਚ ਕੁਝ ਕਰਕੇ ਦੱਸਣ, ਸਿਆਸੀ ਲਾਹੇ ਲੈਣ ਵਾਸਤੇ ਹੀ ਸਹੀ। ਚਲੋ ਘੱਟ ਤੋਂ ਘੱਟ ਲੋਕਾਂ ਨੂੰ 2 ਮਹੀਨੇ ਸੌਖਾ ਸਾਹ ਤੇ ਅੱਜ ਤੋਂ, ਹਾਲਾਂਕਿ ਇਹ ਕੀਮਤਾਂ ਫਿਰ ਵਧਣਗੀਆਂ। ਇਹ ਜੇ 9 ਰੁਪਈਏ 10 ਰੁਪਏ ਕੀਮਤ ਘਟੀ ਆ, ਤਾਂ ਤੁਸੀਂ ਵੇਖਿਓ ਦੋਨੋਂ ਜਦੋਂ ਇਲੈਕਸ਼ਨਾਂ ਹੋਣਗੀਆਂ ਗੁਜਰਾਤ ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ, ਜੇ ਤੇ ਉੱਥੇ ਸਰਕਾਰਾਂ ਭਾਜਪਾ ਦੀਆਂ ਰਹੀਆਂ ਤਾਂ ਫਿਰ ਤਾਂ ਸ਼ਾਇਦ ਉਹ ਕਹਿ ਸਕਣੇ ਕਿ ਰਾਹਤ ਲਾਗੂ ਰਹੇਗੀ, ਤੇ ਜੇਕਰ ਰੱਬ ਨਾ ਕਰੇ ਸਰਕਾਰ ਜਾਂ ਬਣ ਗਈ ਹੋਰ ਕੋਈ ਬਣ ਗਈ, ਤਾਂ ਫਿਰ ਇਹ ਉਸੇ ਤਰੀਕੇ ਨਾਲ ਰੁਪਈਆ 2 ਰੁਪਈਏ ਝੱਟ ਹੀ ਇਹਨਾਂ ਨੇ 15 ਰੁਪਈਏ ਤੱਕ ਲੈ ਆਉਣੇ ਨੇ। ਆਹ ਸਾਨੂੰ ਇਹ ਕਰਨੀ ਚਾਹੀਦੀ ਕਿ ਪੰਜਾਬ ਸਰਕਾਰ ਜ਼ਰੂਰ ਐਕਸਾਈਜ਼ ਡਿਊਟੀ ਘਟਾ ਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਵੇ। ਇਹਦੇ 'ਚ ਭਾਜਪਾ ਵੱਲੋਂ ਹੀ ਨਹੀਂ, ਇਹ ਆਮ ਲੋਕ ਵੀ ਇਹ ਸੋਚਦੇ ਨੇ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਜੀ ਤਾਂਕੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਾਰੇ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦੀ ਇਜਾਜ਼ਤ, ਧੰਨਵਾਦ।